ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਜੀ ਬਲਿੰਗ ਬਾਈ ਜੀ। ਸੋ ਲਾਈਵ ਹੋ ਗਏ ਹਾਂ ਜੀ, ਸੋ ਪਹੁੰਚ ਚੁੱਕੇ ਹਾਂ ਜੀ ਮੈਲਬਰਨ ਦੇ ਵਿੱਚ, ਅਤੇ ਪਿੱਛੇ ਸਾਡੇ ਜੀ ਗੁਲਾਮ ਜੁਗਨੀ ਜੀ, ਕਿਰਪਾ ਬਾਬੇ ਦੀ ਫੁੱਲ ਬਾਈ ਜੀ। ਸੋ ਸੱਜ ਦਾ ਟੂਰ ਸਾਡਾ ਚੱਲ ਰਿਹਾ ਜੀ ਆਸਟ੍ਰੇਲੀਆ ਦੇ ਵਿੱਚ, ਨਿਊਜ਼ੀਲੈਂਡ ਦੇ ਵਿੱਚ। ਸੋ ਬ੍ਰਿਸਬੇਨ ਤੋਂ ਬਾਅਦ ਜੀ ਅਸੀਂ ਪਹੁੰਚ ਚੁੱਕੇ ਹਾਂ ਮੈਲਬਰਨ, ਅਤੇ ਹੁਣ ਇਸ ਟਾਈਮ ਅਸੀਂ ਖੜ੍ਹੇ ਹਾਂ ਜੀ। ਇਸ ਟਾਈਮ ਆਪਾਂ ਕਿੱਥੇ ਖੜ੍ਹੇ ਜੀ? ਮੈਮਰੀਜ਼ ਆਫ ਇੰਡੀਆ, ਮੈਮਰੀਜ਼ ਆਫ ਇੰਡੀਆ ਰੈਸਟੋਰੈਂਟ ਦੇ ਵਿੱਚ ਖੜ੍ਹੇ ਹਾਂ ਜੀ। ਸੋ ਸਾਰੀ ਉਹਨਾਂ ਦੀ ਟੀਮ ਖੜ੍ਹੀ ਹੈ ਜੀ ਨਾਲ, ਇੱਧਰ ਸਾਈਡ। ਸੋ ਉਹਨਾਂ ਦੀ ਟੀਮ ਖੜ੍ਹੀ ਹੈ ਜੀ ਸਾਰੀ, ਅਤੇ ਨਾਲ ਦੀ ਨਾਲ ਆਹ ਵੀ ਸਾਡੀ ਬਹੁਤ ਪਿਆਰੀ ਬੇਟੀ ਹੈ ਜੀ। ਠੀਕ ਹੋ? ਪੁੱਛ ਲਓ ਅਤੇ ਤੁਸੀਂ ਇਹ ਕਹਿ ਦਿਓ ਵੀ ਸਾਰਿਆਂ ਨੇ ਸ਼ੋਅ ਦੇ ਉੱਤੇ ਪਹੁੰਚਣਾ ਹੈ 22 ਤਰੀਕ ਨੂੰ। ਬਾਕੀ ਗੱਲਾਂ ਆਪਾਂ ਨਾਲ ਦੀ ਨਾਲ ਕਰਾਂਗੇ। ਹਜੇ ਪਹੁੰਚੇ ਹਾਂ, ਰੋਟੀ ਖਾ ਕੇ ਬਾਈ ਜੀ ਤੁਹਾਡੇ ਸ਼ਹਿਰ ਦੀ ਖਾ ਕੇ ਹਟੇ ਹਾਂ, ਅਤੇ ਹੁਣ ਅਸੀਂ ਇਸ ਟਾਈਮ ਤੁਹਾਡੇ ਰੂਬਰੂ ਕਰਾਂਗੇ ਜੀ ਗੁਲਾਮ ਜੁਗਨੀ ਜੀ ਨੂੰ। ਸਤਿ ਸ਼੍ਰੀ ਅਕਾਲ ਬਾਬਿਓ, ਜਿੰਨੇ ਵੀ ਪੰਜਾਬੀ ਉਰੇ ਵੱਸਦੇ ਨੇ, ਮੈਲਬਰਨ ਹੀ ਮੈਂ ਕਹੂੰਗਾ ਇਹ ਪ੍ਰਦੇਸ਼ ਹੈ, ਕਿਉਂਕਿ ਉਹਨੇ ਲਿਖਿਆ ਹੁੰਦਾ ਜਿੱਥੇ ਚੋਗ ਖਿਲਾਰੀ ਹੈ ਉੱਥੇ ਬਾਈ ਜੀ ਜਾਣਾ ਪੈਂਦਾ, ਚੋਗਾ ਚੁਗਣਾ ਪੈਂਦਾ, ਕਰਕੇ ਸਾਡਾ ਆਪਦੇ ਹੱਥ ਤਾਂ ਹੈ ਹੀ ਨਹੀਂ ਨਾ, ਹੱਥ ਤਾਂ ਉਹਦੇ ਹੈ, ਜੋ ਤੁੱਤ ਭਾਵੇ ਤੇ ਵੀ ਚਲਾਵੇ ਉਹ ਚਲਾਉਂਦਾ, ਉਹ ਚਲਾਉਣ ਵਾਲਾ। ਸੋ ਜਿੰਨੇ ਵੀ ਸਾਡੇ ਪੰਜਾਬੀ ਨੇ ਇੱਥੇ ਮਿਹਨਤਾਂ ਕਰਦੇ ਨੇ, ਇਹਨਾਂ ਜਿਨ੍ਹਾਂ ਨੇ ਆ ਕੇ ਆਪਣੇ ਮਾਂ ਪਿਓ ਨੂੰ ਛੱਡ ਕੇ ਆਏ ਨੇ, ਕਈਆਂ ਨੇ ਆਪਣੇ ਮਾਂ ਪਿਓ ਲੈ ਜਾਂਦੇ ਨੇ, ਕਈ ਮਿਹਨਤ ਕਰ ਰਹੇ, ਕਈ ਪੜ੍ਹ ਰਹੇ ਨੇ, ਤੋ ਸਾਰਿਆਂ ਨੂੰ ਬਾਬਾ ਜੀ ਮੈਂ ਇਹੀ ਕਰ ਸਕਦਾ, ਇੱਕ ਦੂਜੇ ਲਈ ਆਪਾਂ ਅਰਦਾਸ ਹੀ ਕਰ ਸਕਦੇ ਹਾਂ, ਹੈ ਨਾ। ਸੋ ਪਰਮਾਤਮਾ ਕਰੇ, ਅਕਾਲ ਪੁਰਖ ਕਰੇ, ਵਾਹਿਗੁਰੂ ਕਰੇ ਕਿ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ। ਸੋ ਅਸੀਂ ਤੁਹਾਡੇ ਸ਼ਹਿਰ ਆਏ ਹਾਂ, ਸਾਨੂੰ ਉਮੀਦ ਹੈ ਤੁਸੀਂ ਪਿਆਰ ਬਖਸ਼ੋਗੇ। ਸੋ ਸਰਦਾਰ ਬਾਈ ਜੀ, ਮੈਂ ਜਦੋਂ ਤੁਹਾਨੂੰ ਦੇਖਿਆ ਨਾ, ਮੈਂ ਪਰਸੋਂ ਦਾ ਸਰਦਾਰ ਬਾਈ ਜੀ ਨੇ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਬੋਲੋ। ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ। ਸੋ ਮੈਂ ਨਾ ਦੋ ਲਾਈਨਾਂ ਹੁਣ ਬੋਲਣ ਲੱਗਿਆ, ਸਿੱਖੀ ਦਾ ਦੀਵਾ ਨਹੀਂ ਬੁਝਣਾ, ਬੜਿਆਂ ਨੇ ਫੂਕਾਂ ਮਾਰਨੀਆਂ। ਸੋ ਮੈਂ ਜਿੱਦਣ ਦਾ ਆਇਆ ਮੈਂ ਉਹ ਗਾਣੇ ਹੀ ਨਹੀਂ ਗਾਇਆ। ਇਸ ਧਰਤੀ 'ਤੇ ਹਜੇ ਉਤਰਿਆ ਹੀ ਹੈ, ਇਹ ਸਾਡੀ ਸਰਦਾਰੀ ਹੈ, ਇਹ ਦਸਮ ਪਿਤਾ ਦੀ ਦਿੱਤੀ ਹੋਈ ਸਾਨੂੰ ਦਾਤ ਹੈ, ਪੰਥ। ਸੋ ਮੈਂ ਗੱਲ ਕਰਨ ਲੱਗਿਆ ਬਾਬਾ ਜੀ, ਜਿਹੜਾ ਛੱਲ ਇੰਨੇ ਤੂਫਾਨ ਗਿਆ, ਚੱਖੜਾਂ ਨੂੰ ਕਰ ਹੈਰਾਨ ਗਿਆ, ਭਲਾ ਉਸ ਦੀਵੇ ਨੇ ਬੁਝਣਾ ਕੀ, ਜਿਹਨੂੰ ਰੱਬ ਕੀ ਆਣ ਜਗਾਣ ਪਿਆ। ਮੈਂ ਕੱਲ ਖਬਰ ਅਖਬਾਰ ਪੜ੍ਹੀ ਕਿ ਸਿੱਖੀ ਦੀ ਹੋਂਦ ਨੂੰ ਖਤਰਾ ਏ, ਮੈਂ ਕੱਲ ਖਬਰ ਅਖਬਾਰ ਪੜ੍ਹੀ ਕਿ ਸਿੱਖੀ ਦੀ ਹੋਂਦ ਨੂੰ ਖਤਰਾ ਏ, ਕਿ ਤੰਗ ਸੋਚ ਦੀ ਕਲਮ ਲਿਖੇ ਇਹ ਸੋਚਣ ਵਾਲਾ ਮਸਲਾ ਏ, ਕਿ ਤੰਗ ਸੋਚ ਦੀ ਕਲਮ ਲਿਖੇ ਇਹ ਸੋਚਣ ਵਾਲਾ ਮਸਲਾ ਏ। ਹੋ ਜਦੋਂ ਬੰਦ ਬੰਦ ਕਢਵਾਉਂਦੇ ਸੀ, ਜਦ ਖੋਪਰ ਸਿਰੋਂ ਲਹਾਉਂਦੇ ਸੀ, ਤਨ ਆਰਿਆਂ ਨਾਲ ਚਰਾਉਂਦੇ ਸੀ, ਵਿੱਚ ਚਰਖੜੀਆਂ ਪਿਛਵਾਉਂਦੇ ਸੀ। ਇਹ ਗੱਲ ਸੁਣਨ ਵਾਲੀ ਆ ਬਾਈ ਜੀ, ਇਹ ਉਦੋਂ ਡੋਲੀ ਰਤਾ ਪੁਰਾਣਾ, ਹੁਣ ਤੇ ਗੱਲਾਂ ਪਾਰ ਗਈਆਂ, ਸਿੱਖੀ ਦਾ ਦੀਵਾ ਨਹੀਂ ਬੁਝਣਾ, ਬੜਿਆਂ ਨੇ ਫੂਕਾਂ ਮਾਰ ਲਈਆਂ, ਸਿੱਖੀ ਦਾ ਦੀਵਾ ਨਹੀਂ ਬੁਝਣਾ, ਬੜਿਆਂ ਨੇ ਫੂਕਾਂ ਮਾਰ ਲਈਆਂ। ਸੋ ਬਾਬਿਓ, ਮੈਨੂੰ ਇੱਥੇ ਵੜਦਿਆਂ ਨੂੰ ਸਰਦਾਰ ਭਾਅ ਜੀ ਮਿਲੇ, ਔਰ ਮੇਰਾ ਪੰਜਾਬ ਯਾਦ ਆ ਗਿਆ, ਪੰਜਾਬ ਨਹੀਂ ਬਲਕਿ ਇੰਡੀਆ ਹੀ ਯਾਦ ਆ ਗਿਆ। ਮਿੱਟੀ ਤਾਂ ਉਹ ਵੀ ਇੱਥੋਂ ਦੀ ਹੈ, ਪਵਨ ਗੁਰੂ ਪਾਣੀ ਪਿਤਾ ਮਿੱਟੀ ਮਾਤਾ ਧਰਤ ਮਹੱਤ। ਸੋ ਮਿੱਟੀ ਇਹ ਵੀ ਵਧੀਆ, ਕਿਉਂਕਿ ਇਹ ਵੀ ਅਕਾਲ ਪੁਰਖ ਦੀ ਬਣਾਈ ਹੋਈ ਹੈ, ਬਸ ਆਹ ਹੈ ਜਿੱਥੇ ਲਿਖਤੀ ਉੱਥੇ ਚੁਗਣਾ ਪੈਂਦਾ। ਸੋ ਮੈਂ ਕੀ ਕਹਾਂ ਵੀ ਸਾਰੇ ਆਉਣ, ਜ਼ਰੂਰ ਜੀ ਸਾਰਿਆਂ ਨੂੰ ਇਨਵਾਈਟ ਕਰਨਾ। ਮੈਨੂੰ ਇੰਗਲਿਸ਼ ਨਹੀਂ ਬਾਬੇ ਬੋਲਣੀ ਆਉਂਦੀ ਵੀ ਕਿੱਥੇ ਹੋਗਾ ਕਿੱਥੇ ਕੀ ਹੈ। ਸੋ ਤੁਸੀਂ ਸਾਰਿਆਂ ਨੇ ਆਉਣਾ, ਤੁਸੀਂ ਪਿਆਰ ਕਰਦੇ ਹੋ, ਤੁਸੀਂ ਪਿਆਰ ਬਖਸ਼ਦੇ ਹੋ, ਤੁਹਾਡੀ ਵਜ੍ਹਾ ਨਾਲੇ ਸਾਰੇ ਸਿੰਗਰ ਹੁੰਦੇ, ਤੁਹਾਡੀ ਵਜ੍ਹਾ ਨਾਲ ਕਲਾਕਾਰ, ਤੁਸੀਂ ਉੱਚੇ ਕਰ ਸਕਦੇ ਹੋ ਬਾਬੇ। ਸੋ ਕਈ ਮਹਿਫਲਾਂ ਵੀ ਹੋਈਆਂ ਸਾਡੀਆਂ ਉੱਥੇ, ਮੈਂ ਆਰਾਮ ਨਾਲ ਬੈਠਾ ਰਹਿੰਦਾ ਹੁੰਦਾ ਸੀ। ਸੋ ਪਾਰਟੀਆਂ ਆਪਦੀਆਂ ਆਪਦੀਆਂ ਹੁੰਦੀਆਂ ਜੀ, ਕੋਈ ਪਾਣੀ